बिस्मिल्लाहिर्रहमानिर्रहीम, अस्सलाम वालेकुम। मैं हाँ गार्डन मास्टर 786। तुम चैनल देखते पे हो 786 गार्डन नर्सरी फार्म। आज की वीडियो के अंदर असी किन्नू का पौधा खट्टी देते पिवंद करन दा मुकम्मल तरीका दसांगे कि किन्नू का पौधा खट्टी ते किवें पिवंद करीदा है। जिहड़ी असी किन्नू की कलम लैनी है, टहनी जिहनू सदने आ, जिहड़ी असी किन्नू की टहनी कलम लैनी है ਵੀ ਉਹ ਸਾਈਜ਼ ਹੁੰਦਾ ਕਿਹੜਾ ਮੋਟਾ ਹੋਵੇ ਜਿਹੜੀ ਅਸੀਂ ਖੱਟੀ ਦੇ ਉੱਤੇ ਪਿਵੰਦ ਕਰਾਂਗੇ, ਜਾਂ ਉਹਦੀ ਲੰਬਾਈ ਕਿਹੜੀ ਹੋਣੀ ਚਾਹੀਦੀ ਕਲਮ ਦੀ ਜਿਹੜੀ ਅਸੀਂ ਖੱਟੀ ਦੇ ਉੱਤੇ ਪਿਵੰਦ ਕਰਨੀ ਹੈ, ਕਿ ਉਹਨਾਂ ਦੀ ਮੁਕੰਮਲ ਤਰੀਕੇਕਾਰ ਦੱਸਿਆ ਜਾਏਗਾ। ਇਹਦੇ 'ਤੇ ਅਸੀਂ ਛਾਪਰ ਕਿਵੇਂ ਵਾਲਣਾ ਹੈ, ਇਹਦੇ 'ਤੇ ਅਸੀਂ ਧਾਗਾ ਕਿਵੇਂ ਵਾਲਣਾ ਹੈ, ਮੁਕੰਮਲ ਤਰੀਕੇਕਾਰ ਦੱਸਾਂਗੇ ਅੱਜ ਦੀ ਵੀਡੀਓ 'ਚ। ਵੀਡੀਓ ਪੂਰੀ ਵੇਖਿਆ ਹੈ, ਤੁਹਾਡਾ ਦੋਸਤਾਂ ਦਾ ਟਾਈਮ ਜ਼ਾਇਆ ਕਰਨ ਤੋਂ ਬਗੈਰ ਕਰਨੀ ਅੱਜ ਦੀ ਵੀਡੀਓ ਸ਼ੁਰੂ। ਦੇਖੋ ਜੀ, ਸਾਡੇ ਕੋਲ ਕਿਨੂੰ ਦੀਆਂ ਟਹਿਣੀਆਂ ਮੌਜੂਦ ਹਨ। ਇਹ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਨੂੰ ਦੀਆਂ ਟਹਿਣੀਆਂ ਸ਼ਾਖਾ ਮੌਜੂਦ ਹਨ ਸਾਡੇ ਕੋਲ। ਇਹਨਾਂ ਦੀਆਂ ਅਸੀਂ ਬਣਾ ਸਕਾਂ ਕਲਮਾਂ, ਜਿਹੜੀਆਂ ਅਸੀਂ ਖੱਟੀ ਦੇ ਉੱਤੇ ਪਿਵੰਦ ਕਰਾਂਗੇ ਕਿਨੂੰ ਦਾ ਪੌਦਾ, ਤਾਂ ਕਿ ਜਿਹੜਾ ਕਿਨੂੰ ਦਾ ਪੌਦਾ ਹੁੰਦਾ ਹੈ ਪਿਵੰਦ ਵਾਲਾ ਫਲ ਵੀ ਜਲਦੀ ਦਿੰਦਾ ਹੈ। ਕਿਨੂੰ ਦਾ ਪੌਦਾ ਕਈ ਕਿਨੂੰ ਦੇ ਪੌਦੇ ਦੇ ਤਿਆਰ ਕਰਨ ਦੇ ਕਈ ਤਰੀਕੇ ਨੇ। ਜਿਹੜਾ ਕਿਨੂੰ ਦਾ ਪੌਦਾ ਨਾ ਪਿਵੰਦ ਵਾਲਾ, ਇਹ ਦੇਖੋ ਕਿਨੂੰ ਦੀ ਸ਼ਾਖ ਹੈ, ਜਿਹੜਾ ਕਿਨੂੰ ਦਾ ਪੌਦਾ ਪਿਵੰਦ ਵਾਲਾ ਫਲ ਜਲਦੀ ਦਿੰਦਾ ਹੈ। ਕਿਨੂੰ ਦਾ ਪੌਦਾ ਖੱਟੀ ਦੇ ਉੱਤੇ ਪਿਵੰਦ ਕੀਤੀ ਜਾਂਦਾ। ਜਿਸ ਤਰ੍ਹਾਂ ਅਸੀਂ ਇਹ ਕੀਤੇ ਖੜ੍ਹੇ ਨੇ, ਇਹ ਕਿਨੂੰ ਦੇ ਪੌਦੇ ਨੇ ਸਾਰੇ ਕੀਤੇ। ਇਹ ਦੇਖੋ ਜੀ, ਇਹ ਸਾਰੇ ਕਿਨੂੰ ਦੇ ਪੌਦੇ ਕੀਤੇ ਨੇ ਪਿਵੰਦ। ਇਹ ਦੇਖੋ ਜੀ, ਇਹ ਦੇਖੋ, ਇਹ ਮੁਕੰਮਲ ਕੀ ਤਰੀਕੇਕਾਰ ਤੁਹਾਨੂੰ ਦੱਸਾਂਗੇ ਵੀ ਇਹ ਕਿਨੂੰ ਦਾ ਪੌਦਾ ਜਿਹੜਾ ਅਸੀਂ ਐਪ ਇਹਦੇ ਉੱਤੇ ਪਿਵੰਦ ਕੀਤਾ ਹੈ, ਇਹਦਾ ਕੀ ਤਰੀਕੇਕਾਰ ਹੈ, ਇਹਨੂੰ ਅਸੀਂ ਕਲਮ ਨੂੰ ਕਿਵੇਂ ਗੜਨਾ ਹੈ, ਇਹਦੇ 'ਤੇ ਅਸੀਂ ਛਾਪਰ ਕਿਵੇਂ ਵਾਲਣਾ। ਦੇਖੋ ਨਾ, ਇਹ ਛਾਪਰ ਦੇ ਥੱਲੂ ਆਇਆ, ਦੇਖੋ ਇੰਨੀ ਨਮੀ ਹੋ ਜਾਂਦੀ ਹੈ। ਇਹ ਹੀਟ ਦੇ ਨਾਲ ਜਿਹੜੀ ਹੈ ਕਿਨੂੰ ਦੀ ਹੈ ਅਸੀਂ ਆ ਪਿਵੰਦਕਾਰੀ ਕੀਤੀ ਹੈ। ਇਹ ਹੀਟ ਦੇ ਨਾਲ ਜਿੜਦੀ ਹੈ, ਇਹਦੇ ਨਾਲ ਹੀਟ ਪਹੁੰਚੇਗੀ ਛਾਪਰ 'ਚ, ਹੀਟ ਹੋਏਗੀ ਅਤੇ ਇਹ ਕਲਮ ਸਾਡੇ ਨਾਲ ਜੁੜ ਜਾਸੀ। ਅਗਰ ਛਾਪਰ ਨੂੰ ਮੇਰੇ ਦੋਸਤੋ ਸੂਈ ਜਿੰਨਾ ਵੀ ਸੁਰਾਖ ਹੋਇਆ ਨਾ, ਹੀਟ ਛਾਪਰ 'ਚ ਨਹੀਂ ਰਹੇਗੀ। ਇਹ ਦੇਖੋ, ਜਿਸ ਵਜ੍ਹਾ ਤੋਂ ਇਹ ਜਿਹੜੀਆਂ ਕਲਮਾਂ ਸਾੜੀਆਂ, ਜਿਹੜੀ ਚੀਜ਼ ਦੀਆਂ ਵੀ ਅਸੀਂ ਪਿਵੰਦ ਕਰਨੇ ਹੈ, ਉਹ ਸਾੜੀਆਂ ਕਲਮਾਂ ਇਸ ਵਜ੍ਹਾ ਤੋਂ ਜ਼ਾਇਆ ਹੁੰਦੀਆਂ ਨੇ ਵੀ ਛਾਪਰ ਨੂੰ ਸੁਰਾਖ ਹੋ ਜਾਂਦਾ ਹੈ। ਭਾਵੇਂ ਛਾਪਰ ਨੂੰ ਸੁਰਾਖ ਸੂਈ ਜਿੰਨਾ ਵੀ ਹੋ ਜਾਵੇ ਨਾ, ਅਤੇ ਉਹ ਵਿੱਚੋਂ ਹਵਾ ਲੈਂਦਾ ਰਹਿੰਦਾ ਹੈ, ਜਿਸ ਵਜ੍ਹਾ ਤੋਂ ਸਾੜੀਆਂ ਕਲਮਾਂ ਖਰਾਬ ਹੋ ਜਾਂਦੀਆਂ ਨੇ। ਅੱਜ ਦੀ ਵੀਡੀਓ ਦੇ ਅੰਦਰ ਮੁਕੰਮਲ ਤਰੀਕੇਕਾਰ ਦੱਸਾਂਗੇ ਕਿ ਕਿਨੂੰ ਦਾ ਪੌਦਾ ਖੱਟੀ ਦੇ ਉੱਤੇ ਕਿਵੇਂ ਪਿਵੰਦ ਕਰੀਦਾ ਹੈ। ਚਲੋ ਦੋਸਤਾਂ ਦਾ ਟਾਈਮ ਜ਼ਾਇਆ ਕਰਨ ਤੋਂ ਬਗੈਰ ਅਸੀਂ ਕਰਨੇ ਹੈ ਅੱਜ ਦੀ ਵੀਡੀਓ ਸ਼ੁਰੂ। ਇਹ ਦੇਖੋ ਜੀ, ਕਿਨੂੰ ਦੀ ਟਹਿਣੀ ਦੇ ਅਸੀਂ ਕਲਮਾਂ ਬਣਾਵਾਂਗੇ ਤੁਹਾਡੇ ਸਾਹਮਣੇ ਵੀ ਕਿਨੂੰ ਦੀ ਟਹਿਣੀ ਦੇ ਕਲਮ ਦਾ ਸਾਈਜ਼ ਕਿੱਡਾ ਹੋਣਾ ਚਾਹੀਦਾ ਹੈ, ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ, ਅਸੀਂ ਇਹਨੂੰ ਪਿਵੰਦ ਕਿਸ ਤਰ੍ਹਾਂ ਕਰਾਂਗੇ। ਇਹ ਦੇਖੋ, ਸਾਡੇ ਕੋਲ ਕਟਰ ਮੌਜੂਦ ਹੈ, ਤੁਹਾਡੇ ਕੋਲ ਕਟਰ ਨਾ ਆਵੇ, ਚਾਕੂ ਛੁਰੀ ਦੀ ਚੁੰਝ ਦੇ ਨਾਲ ਵੀ ਤੁਸੀਂ ਚਾਕੂ ਛੁਰੀ ਦੇ ਨਾਲ ਵੀ ਕੱਟ ਸਕਦੇ ਹੋ। ਇਹ ਦੇਖੋ ਜੀ, ਇਹ ਸਾਈਜ਼ ਦੀ ਕਲਮ ਆਉਣੀ ਚਾਹੀਦੀ ਹੈ ਕਿਨੂੰ ਦੀ। ਹੈ ਇਹ ਦੇਖ ਲਓ, ਇਹ ਦੇਖੋ ਜੀ, ਇਹ ਕਿਨੂੰ ਹੈ ਸਾਰਾ, ਇਹ ਕਿਨੂੰ ਦੀ ਟਹਿਣੀਆਂ ਨੇ, ਇਹ ਜਿਹੜੀਆਂ ਅਸੀਂ ਪਿਵੰਦ ਕੀਤੀਆਂ ਨੇ ਇਹ ਵੀ ਸਾਰਾ ਕਿਨੂੰ ਪਿਵੰਦ ਕੀਤਾ ਖੜ੍ਹਾ। ਇਹ ਦੇਖੋ ਜੀ, ਇਹ ਦੇਖ ਲਓ ਜੀ, ਇਹ ਦੇਖੋ ਜੀ, ਇਸ ਤਰ੍ਹਾਂ ਬਣਾਉਣਾ ਕਲਮਾਂ ਨੂੰ। ਇਹ ਦੇਖੋ, ਕਲਮ ਤਿਆਰ ਹੋ ਗਈ ਜੀ। ਇਹ ਦੇਖੋ ਜੀ, ਕਲਮਾਂ ਅਸੀਂ ਬਣਾ ਲਈਆਂ ਨੇ। ਇਹ ਦੇਖੋ ਕਿਨੂੰ ਦੀਆਂ ਕਲਮਾਂ, ਇਹ ਦੇਖ ਲਓ ਮੇਰੇ ਦੋਸਤੋ ਤਸੱਲੀ ਦੇ ਨਾਲ, ਇਹ ਦੇਖੋ ਇਹ ਕਿਨੂੰ ਦੀਆਂ ਕਲਮਾਂ ਨੇ, ਇਹ ਸਾਈਜ਼ ਹੈ ਇਹਨਾਂ 'ਤੇ, ਦੇਖ ਲਓ ਇਹ, ਇਹਨਾਂ ਨੂੰ ਅਸੀਂ ਪਿਵੰਦ ਕਰਾਂਗੇ ਇਸ ਜਗ੍ਹਾ 'ਤੇ, ਇਸ ਲੱਕੜ ਦੇ ਉੱਤੇ ਅਸੀਂ ਪਿਵੰਦ ਕਰਾਂਗੇ। ਇਹ ਦੇਖੋ ਜੀ, ਇਹ ਸਾਡੇ ਕੋਲ ਚਾਕੂ ਹੈ, ਚਾਕੂ ਦੇ ਨਾਲ ਅਸੀਂ ਇਹਨੂੰ ਪਹਿਲੇ ਇਹਨੂੰ ਮੈਚ ਕਰ ਲੈਣਾ ਵੀ ਕਲਮ ਜਿੱਥੇ ਸੈੱਟ ਹੋਵੇ ਉਸ ਜਗ੍ਹਾ 'ਤੇ ਕਰਨੀ ਹੈ। ਤੁਹਾਨੂੰ ਦਿਖਾਉਂਦੇ ਹਾਂ, ਇਹ ਦੇਖੋ ਜੀ,
ਇਹਨੂੰ ਇਸ ਤਰ੍ਹਾਂ ਰਲਾ ਤੇ ਵੇਖ ਲੈਣਾ। ਇਹ ਕਲਮ ਜਿੱਥੇ ਸੈੱਟ ਹੋਵੇ, ਇਹ ਦੇਖੋ ਹੁਣ ਇਹ ਕਲਮ ਇੱਥੇ ਲੱਗਦੀ ਹੈ ਇਸ ਜਗ੍ਹਾ 'ਤੇ। ਇੱਥੋਂ ਇਹਨੂੰ ਘੜ ਲੈਣਾ ਚਾਕੂ ਦੇ ਨਾਲ, ਇਹ ਦੇਖੋ ਜੀ ਇਸ ਤਰ੍ਹਾਂ ਨੂੰ ਘੜ ਲੈਣਾ ਕਿਨੂ ਦੀ ਕਲਮ ਨੂੰ। ਇਹ ਦੇਖੋ ਜੀ ਇਹਨੂੰ ਇਸ ਤਰ੍ਹਾਂ ਘੜਨਾ। ਇਹਨੂੰ ਇਸ ਤਰ੍ਹਾਂ ਬਰਾਬਰ ਕਰ ਲੈਣਾ ਤਾਂ ਕਿ ਕਲਮ ਨੀਵੀਂ ਉੱਚੀ ਨਾ ਹੋਵੇ। ਇਹ ਦੇਖੋ ਜੀ ਹੁਣ ਇਸ ਤਰ੍ਹਾਂ ਕਲਮ ਬਰਾਬਰ ਹੋ ਗਈ। ਜਦੋਂ ਅਸੀਂ ਇੱਥੇ ਕਲਮ ਲਗਾਵਾਂਗੇ, ਕਲਮ ਨੂੰ ਵਿੱਚ ਟੱਕ ਦੇ ਬਹਿਣਾ ਚਾਹੀਦਾ। ਇਹ ਦੇਖੋ ਜੀ ਇਸ ਤਰ੍ਹਾਂ ਇਹਨੂੰ ਸਾਫ ਕਰ ਲੈਣਾ। ਆ ਜੀ ਇਹ ਕਲਮ ਤਿਆਰ ਹੋ ਗਈ। ਇਹ ਦੇਖੋ ਜੀ ਇਹ ਕਲਮ ਤਿਆਰ ਹੋ ਗਈ। ਇਹਨੂੰ ਹੁਣ ਅਸੀਂ ਇੱਥੇ ਲਗਾਵਾਂਗੇ ਇਸ ਜਗ੍ਹਾ 'ਤੇ। ਇਹ ਦੇਖੋ ਇਸ ਜਗ੍ਹਾ 'ਤੇ ਇਹਨੂੰ ਕਲਮ ਨੂੰ ਲਗਾਵਾਂਗੇ ਅਸੀਂ। ਇਹ ਦੇਖੋ ਜੀ ਇਸ ਜਗ੍ਹਾ 'ਤੇ ਬਿਸਮਿਲ੍ਲਾ ਰਹਿਮਾਨ ਰਹੀਮ ਅਸੀਂ ਇਹਨੂੰ ਟੱਕ ਦੇਵਾਂਗੇ ਇਸ ਤਰ੍ਹਾਂ। ਇਹ ਦੇਖੋ ਜੀ ਇਹ ਦੇਖੋ ਜੀ ਇਸ ਤਰ੍ਹਾਂ ਇਹਨੂੰ ਚੁੰਝ ਦੇ ਨਾਲ ਚਾਕੂ ਦੇ ਨਾਲ ਇਹਨੂੰ ਛਡਾਵਣਾ ਹੈ ਛਿੱਲ ਨੂੰ। ਇਸ ਤਰ੍ਹਾਂ ਇਹਨੂੰ ਛਡਾਵਣਾ ਹੈ ਤਾਂ ਕਿ ਛਿੱਲ ਫਟੇ ਨਾ। ਛਿੱਲ ਖਰਾਬ ਹੋ ਜਾਏਗੀ, ਫਟ ਜਾਏਗੀ ਤਾਂ। ਇਹ ਦੇਖੋ ਇਸ ਤਰ੍ਹਾਂ ਇਹਨੂੰ ਸਮਾਲ 'ਤੇ ਛਡਾ ਲੈਣਾ ਤਸੱਲੀ ਦੇ ਨਾਲ। ਇਹ ਦੇਖੋ ਜੀ ਇਹ ਦੇਖੋ ਇਸ ਤਰ੍ਹਾਂ ਇਹਨੂੰ ਦੇਖੋ ਜੀ ਅਸੀਂ ਇਹਨੂੰ ਛਡਾ ਲਿਆ ਤਸੱਲੀ ਦੇ ਨਾਲ। ਹੁਣ ਇਹਨੂੰ ਇਸ ਤਰ੍ਹਾਂ ਇੱਥੇ ਹੀ ਲਗਾਉਣਾ। ਇਸ ਤਰ੍ਹਾਂ ਇਹਨੂੰ ਹਲਕਾ ਹਲਕਾ ਇਸ ਤਰ੍ਹਾਂ ਇਹਨੂੰ ਦਬਾਈ ਆਉਣਾ ਤਾਂ ਉੱਤੋਂ ਕਲਮ ਨੂੰ ਟੋਰੀ ਆਉਣਾ ਇਸ ਤਰ੍ਹਾਂ। ਇਹ ਦੇਖੋ ਜੀ ਇਸ ਤਰ੍ਹਾਂ ਤਾਂ ਕਿ ਕਲਮ ਵਿੱਚੋਂ ਬਾਹਰ ਨਾ ਨਿਕਲੇ, ਇਸ ਟਾਕ ਦੇ ਵਿੱਚੋਂ ਕਲਮ ਬਾਹਰ ਨਾ ਨਿਕਲੇ। ਅਗਰ ਬਾਹਰ ਕਿਸੇ ਪਾਸੇ ਨਿਕਲ ਜਾਵੇ ਤਾਂ ਇਸ ਤਰ੍ਹਾਂ ਚਾਕੂ ਦੇ ਨਾਲ ਇਹਨੂੰ ਸੱਕ ਨੂੰ ਤਾਂ ਚੱਕ ਲੈਣਾ। ਇਸ ਤਰ੍ਹਾਂ ਕਲਮ ਨੂੰ ਉਸ ਸਾਈਡ 'ਤੇ ਟੋਰ ਲੈਣਾ ਜੀ। ਇਸ ਤਰ੍ਹਾਂ ਅਸੀਂ ਟੋਰੀਏ ਕਲਮ ਨੂੰ। ਇਹ ਦੇਖੋ ਜੀ ਹੁਣ ਇਹ ਕਲਮ ਸਾਡੀ ਬਹਿ ਗਈ ਵਿੱਚ। ਇਹ ਦੇਖੋ ਨਿਸ਼ਾਨ ਦੇ ਵਿੱਚ ਬਹਿ ਗਈ ਮੁਕੰਮਲ। ਅਸੀਂ ਜਿੰਨਾ ਟੱਕ ਲਗਾਇਆ ਉਨਾ ਹੀ ਅਸੀਂ ਕਲਮ ਨੂੰ ਘੜਾਇਆ। ਇਹ ਦੇਖੋ ਜੀ ਮੁਕੰਮਲ ਬਹਿ ਗਈ ਕਲਮ। ਇਹ ਧਾਗਾ ਹੈ ਵੱਡੇ ਸਾਈਜ਼ ਦਾ, ਇਹ ਦੇਖ ਲਓ। ਅਸੀਂ ਵੱਡੇ ਸਾਈਜ਼ ਦਾ ਧਾਗਾ ਵੱਡੀਆਂ ਕਲਮਾਂ 'ਤੇ ਵਲਣਾ, ਛੋਟੇ ਸਾਈਜ਼ ਦਾ ਧਾਗਾ ਛੋਟੀਆਂ ਕਲਮਾਂ 'ਤੇ ਵਲਣਾ। ਇਹ ਦੇਖੋ ਜੀ ਇਹ ਲਾੜ ਹੈਗਾ। ਇਸ ਲਾੜ ਨੂੰ ਇਹਦੇ ਉੱਤੋਂ ਲਗਾਉਣਾ ਇਸ ਤਰ੍ਹਾਂ ਤਾਂ ਕਿ ਇਹਨੂੰ ਛਿੱਕ ਆਵੇ ਕਲਮ। ਇਹ ਦੇਖੋ ਜੀ ਕਲਮ ਨੂੰ ਜਦੋਂ ਦੱਬੋ ਸੀ ਧਾਗੇ ਦੀ ਛਿੱਕ ਦੇ ਨਾਲ ਕਲਮ ਉਨੀ ਵਿੱਚ ਬਹਿ ਗਿਆ ਸੀ। ਇਹ ਦੇਖੋ ਜੀ ਹੁਣ ਇਸ ਨੂੰ ਅਸੀਂ ਧਾਗੇ ਨੂੰ ਇੱਥੇ ਲਿਆ ਕੇ ਇਸ ਲਾੜ ਦੇ ਉਤਲੀ ਸਾਈਡ ਤੋਂ ਇਹਨੂੰ ਇੱਧਰੋਂ ਲਿਆ ਕੇ ਇਸ ਲਾੜ ਨੂੰ ਢਿੱਲਾ ਨਹੀਂ ਹੋਣ ਦੇਣਾ। ਇੱਥੇ ਇਹਦੇ ਉਤਲੀ ਸਾਈਡ ਤੋਂ ਲਗਾ ਤੇ ਇਹਨੂੰ ਅਸੀਂ ਇਸ ਤਰ੍ਹਾਂ ਖਿੱਚ ਲੈਣਾ। ਇਹ ਦੇਖੋ ਇਸ ਤਰ੍ਹਾਂ ਖਿੱਚਣਾ ਇਹਨੂੰ ਅਸੀਂ। ਇਹਨੂੰ ਇਸ ਤਰ੍ਹਾਂ ਖਿੱਚ ਕੇ ਇਹ ਦੇਖੋ ਫੁੱਲ ਖਿੱਚ ਲੈਣਾ। ਇਹ ਜਿੰਨਾ ਖਿੱਚੋਗੇ ਉਨਾ ਫਾਇਦਾ ਹੈ ਆਪਣਾ। ਇਹ ਦੇਖੋ ਜਿੰਨੇ ਧਾਗੇ ਨੂੰ ਜ਼ਿਆਦਾ ਖਿੱਚਿਆ ਅਸੀਂ ਉਨੀ ਕਲਮ ਮਜ਼ਬੂਤ ਹੋ ਜਾ ਸੀ। ਇਹ ਦੇਖੋ ਜੀ ਲਓ ਜੀ ਇਹ ਦੇਖੋ ਕਲਮ ਸੈੱਟ ਹੋ ਗਈ। ਹੁਣ ਉਹਦੇ ਅਸੀਂ ਛਾਪਰ ਬਣਾਉਂਗੇ। ਵੱਡੀਆਂ ਕਲਮਾਂ 'ਤੇ ਵੱਡੇ ਛਾਪਰ ਹੁੰਦੇ ਆ। ਇਹ ਦੇਖੋ ਲੰਬਾ ਵੀ ਜ਼ਿਆਦਾ ਹੁੰਦਾ, ਚੌੜਾ ਵੀ ਜ਼ਿਆਦਾ ਹੁੰਦਾ।
एक चीज़ का ख्याल करना है कि छापर सुराख ना आवे, हल्का जिहा भी सुराख ना आवे, सूई जिन्ना भी ना आवे सुराख छापर, अगर छापर सुराख होया विच हवा पौंदी रहिंदी है, जिस वजह से कलमा जाया हो जांदियां ने। ए देखो जी इस तरह के उत्ते छापर बाल देना है। हुण असीं इत्थों धागे नूं करांगे, इत्थों इस साइड ते नूं वलांगे धागे नूं, ताकि असीं आ जिहड़ा अगे धागा वाला इहदी इस दी हेठली साइड ते वलना है, यह जिहड़ा कलम वाला धागा इहदी हेठली साइड ते धागा वलना है। यह देखो जी इस तरह नूं फुल खिंच लैना धागे नूं। ए देखो जी इस तरह नूं गढ़ पा लैनी है धागे नूं। एक धागा असीं इहदी उतली साइड ते वलांगे, ऐ देखो जी हुण असीं इत्थे उत्ते वाली साइड ते धागा वलांगे। ऐ देखो उतली साइड वाला जो धागा है इहनूं इस तरह वलना है, ऐ देखो इस तरह, ताकि आ जिहड़ा छापर इहनूं फुल छिक आवे। अगर छिक ना आई छापर नूं विच हवा पैंदी रही सी, जिस वजह तों साडी कलम जिहड़ी है ज़ाया हो जांदी। ए देखो जी ये हुण साडी कलम जिहड़ी है, अगर मज़ीद तुसी अगर वलना चाहो तो इस जगह तों वल सकदे हो। ऐ देखो जी ਇਹ ਜੀ ਇਹ ਤਰੀਕੇਕਾਰ ਇਹਨੂੰ ਪਾਬੰਦ ਕਰਨ ਦਾ। ਇਹ ਦੇਖੋ ਇਸ ਤਰ੍ਹਾਂ। ਸਾਡੀ ਵੀਡੀਓ ਪਸੰਦ ਆਇਆ ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰ ਲਓ। ਮਿਲਸਾਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ। ਅੱਲਾ।